ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ, ਅਤੇ ਮੈਂ ਹਾਂ ਸੁਰਖਾਬ ਚੰਨ। MP ਵੱਲੋਂ ਗੋਦ ਲਏ ਗਏ ਪਿੰਡਾਂ ਦਾ ਰਿਪੋਰਟ ਕਾਰਡ ਤਿਆਰ ਕਰਨ ਲਈ ਅਸੀਂ ਪਹੁੰਚ ਚੁੱਕੇ ਹਾਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦੇ ਗੋਦ ਲਏ ਪਿੰਡ ਦਾਊਂ ਵਿੱਚ। ਦੋਸਤੋ, ਚੰਦੂ ਮਾਜਰਾ ਜੀ ਨੇ 2014 ਵਿੱਚ ਇਸ ਪਿੰਡ ਨੂੰ ਗੋਦ ਲਿਆ ਸੀ ਅਤੇ ਇਸ ਪਿੰਡ ਨੂੰ ਆਦਰਸ਼ਕ ਪਿੰਡ ਬਣਾਉਣ ਦਾ ਵਾਅਦਾ ਕੀਤਾ ਸੀ। ਸੋ ਆਓ ਆਪਾਂ ਜਾਣਦੇ ਹਾਂ ਕਿ 5000 ਆਬਾਦੀ ਵਾਲੇ ਇਸ ਪਿੰਡ ਨੂੰ ਕਿੰਨਾ ਕੁ ਆਦਰਸ਼ ਬਣਾਇਆ ਗਿਆ ਹੈ ਅਤੇ ਉਹਨਾਂ ਦੇ ਰਾਜ ਸਮੇਂ ਜਾਂ ਉਹਨਾਂ ਦੇ ਕਾਰਜਕਾਲ ਸਮੇਂ ਇਸ ਪਿੰਡ ਵਿੱਚ ਕਿੰਨਾ ਕੁ ਬਦਲਾਵ ਆਇਆ ਹੈ? ਕੋਈ ਮੋਡਲ ਨਹੀਂ ਬਣਾਇਆ, ਕੋਈ ਕੁਛ ਨਹੀਂ, ਇਹਦਾ ਜਿਵੇਂ ਪਿੰਡ ਰੋਬਤ ਆ। ਚੰਦੂ ਮਾਜਰੇ ਨੇ ਗੋਦ ਲਿਆ ਦਾ ਪਿੰਡ, ਚੰਦੂ ਮਾਜਰੇ ਨੂੰ ਆਇਆ ਬੁਲਾ ਕੇ ਪੁੱਛੋ ਵੀ ਗੋਦ ਲਿਆ ਦਾ ਪਿੰਡ ਸੁਧਾਰ ਕਿਉਂ ਨਹੀਂ ਕਰਿਆ? ਪਾਣੀ ਪੀਣ ਨੂੰ ਆਉਂਦਾ ਜੀ, ਪੰਪ ਨਾਲ ਆਉਂਦਾ, ਕਦੀ ਵੀ ਸਫਾਈ ਨਹੀਂ ਹੋਈ। ਜਦੋਂ ਲੰਘਦੇ ਹਾਂ ਸਾਰੇ ਪੈਰਾਂ 'ਤੇ ਚਿੱਟੇ ਪੈ ਜਾਂਦੇ, ਗੰਦੇ, ਬਹੁਤ ਬੁਰੀ ਹਾਲਤ ਹੈ। ਵਿਕਾਸ ਉਰੇ ਤੋਂ ਕੁਛ ਨਹੀਂ ਨਜ਼ਰ ਆਇਆ ਜੀ, ਕੋਈ ਵਿਕਾਸ ਨਹੀਂ ਹੋਇਆ। ਸੜਕਾਂ ਵੀ ਇਸੀ ਤਰ੍ਹਾਂ ਪਈ ਜੀ, ਦਰਿਆ ਕਲੋਨੀ ਹੈ, ਇਸਮੇ ਪਾਣੀ ਵਗੈਰਾ ਕੁਛ ਨਹੀਂ ਹੈ ਜੀ। ਦੋਸਤੋ, ਇਹ ਹੈ ਪਿੰਡ ਦਾਊਂ ਜਿਹੜਾ ਕਿ ਪ੍ਰੇਮ ਸਿੰਘ ਚੰਦੂ ਮਾਦਰਾ ਜੀ ਨੇ ਆਪਦੇ ਕਾਰਜਕਾਲ ਸਮੇਂ ਗੋਦ ਲਿਆ ਸੀ ਅਤੇ ਇਸ ਨੂੰ ਮਾਡਰਨ ਪਿੰਡ ਯਾਨੀ ਕਿ ਦਰਸ਼ ਪਿੰਡ ਬਣਾਉਣ ਦੀ ਗੱਲ ਕਹੀ ਸੀ। ਸੋ ਆਓ ਆਪਾਂ ਲੋਕਾਂ ਤੋਂ ਜਾਣਦੇ ਹਾਂ, ਇਸ ਪਿੰਡ ਦੇ ਵਾਸੀਆਂ ਤੋਂ ਜਾਣਦੇ ਹਾਂ ਕਿ ਇਹ ਪਿੰਡ ਕਿੱਡਾ ਕੁ ਮਾਡਰਨ ਬਣ ਚੁੱਕਿਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਆ ਤੁਹਾਡਾ ਜੀ? ਸੰਤ ਸਿੰਘ ਹੈ ਜੀ। ਓਕੇ, ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹੋ, ਠੀਕ ਆ। ਇਸ ਪਿੰਡ ਦੇ ਵਿੱਚ MP ਚੰਦੂ ਮਾਜਰਾ ਜੀ ਨੇ ਗੋਦ ਲਿਆ ਪਿੰਡ ਨੂੰ, ਕਿੰਨਾ ਕੁ ਵਿਕਾਸ ਕਰਾਇਆ ਉਹਨਾਂ ਨੇ? ਆ ਵਿਕਾਸ ਦੇਖ ਲਓ ਜੀ, ਹੋਇਆ ਹੋਇਆ ਨਾਲਿਆਂ ਨਾਲ, ਕੱਚੇ ਨਾਲੇ ਪਏ ਆ, ਬਰਸਾਤ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ। ਹੁਣ ਆ ਬਰਸਾਤ 3 ਦਿਨ ਪਈ ਹੈ, ਆਹ ਦੇਖੋ ਤੁਸੀਂ, ਦੇਖ ਲਿਆ ਫੋਟੋ, ਤਾਰੀ ਹੋਣੀ ਹੈ ਵੀ ਕਿਹੋ ਜਿਹਾ ਹਾਲ ਹੈ ਉਹਦਾ, ਤਾਂ ਲੰਘ ਨਹੀਂ ਹੁੰਦਾ ਜੀ। ਉੱਧਰ ਰਾਤਨ ਘੁੰਮ ਕੇ ਆਉਂਦੇ ਲੋਕ। ਤੁਹਾਡਾ ਪੇਸ਼ਾ ਕੀ ਆ? ਸਾਡਾ ਜੀ ਪੈਸਾ ਮਜ਼ਦੂਰੀ ਦਾ ਜੀ। ਮਜ਼ਦੂਰੀ ਤੁਸੀਂ ਕਰਦੇ ਹੋ? ਤੁਹਾਡਾ ਪਿੰਡ ਜਿਹੜਾ ਆਪਾਂ ਚੰਡੀਗੜ੍ਹ ਦੇ ਬਹੁਤ ਲਾਗੇ ਆ, ਜੇ ਆਪਾਂ ਗੱਲ ਕਰੀਏ, ਇਹ ਜਿਹੜੀ ਰੋਡ ਆ, ਮੇਨ ਰੋਡ ਜਿਹੜੀ ਪਿੰਡ ਨੂੰ ਆਉਂਦੀ, ਲਿੰਕ ਰੋਡ ਆ, ਉਹ ਟੁੱਟੀ ਹੋਈ ਆ, ਜਦਕਿ ਸਭ ਤੋਂ ਪਹਿਲਾਂ ਇਹਨੂੰ ਬਣਾਉਣ ਦੀ ਗੱਲ ਹੋਈ ਸੀ। ਇਹ ਬਣੀ ਸੀ ਜਾਂ ਨਹੀਂ? ਨਹੀਂ ਬਣੀ ਨਹੀਂ ਜੀ, 4 ਸਾਲਾਂ 'ਚ ਰੋਡ ਬਣੀ ਨਹੀਂ ਹੈ। ਨਹੀਂ ਬਣੀ ਨਹੀਂ ਜੀ। ਅੱਛਾ, ਪਾਣੀ ਦੀ ਸੁਵਿਧਾ ਕੋਈ ਹੈਗੀ ਹੈ? ਤਾਂ ਟੈਂਕੀ ਦੀ ਗੱਲ ਵੀ ਹੋਈ ਸੀ, ਤਾਂ ਕਾਫੀ ਮਤਲਬ ਫੰਡ ਵੀ 50 ਲੱਖ ਰੁਪਇਆ ਇਸ ਪਿੰਡ ਨੂੰ ਆਇਆ ਸੀ, ਲੱਗਿਆ ਕਿਤੇ? ਹਾਂ ਜੀ, ਹਲੇ 50 ਲੱਖ ਤਾਂ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਲੱਗਿਆ ਹੋਇਆ, ਉੱਧਰ ਉੱਧਰ ਹੋਰ ਪਾਸੇ ਲੱਗਿਆ ਹੋਇਆ ਪਤਾ ਨਹੀਂ। ਅੱਛਾ, ਪਿੰਡ ਦੇ 2 ਹਿੱਸੇ ਨੇ, ਦੂਜਾ ਪਾਸਾ ਵੀ ਕੋਈ ਹੈਗਾ? ਹਾਂ, ਪਰਲੇ ਪਾਸਾ ਵੀ ਹੈ। ਇਸੇ ਪੰਚਾਇਤ 'ਚ ਪੈਂਦਾ ਬੰਦਾਊ? ਹਾਂ ਜੀ, ਹਾਂ। ਓਕੇ, ਤੁਸੀਂ ਕਦੇ ਮਤਲਬ ਸਰਪੰਚ ਕੋਲ ਜਾਂ ਪਿੰਡ ਦੇ ਜਿਹੜੇ ਹੋਰ ਪੰਚ ਹੁੰਦੇ ਨੇ, ਮੋਤਵਾਰ ਬੰਦੇ ਹੁੰਦੇ ਨੇ, ਕਦੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਵੀ ਇਸ ਪਿੰਡ ਦਾ ਵੀ ਉਹ ਗਲੀਆਂ ਨਾਲ ਟੁੱਟੀਆਂ ਨੇ ਜਾਂ ਹੋਰ ਬਾਕੀ ਜਿਹੜਾ ਕੋਈ ਵਿਕਾਸ ਨਹੀਂ ਹੋਇਆ ਇਹਦੇ ਬਾਰੇ ਕੋਈ ਉਹਨਾਂ ਨੇ ਗੱਲਬਾਤ ਕੀਤੀ ਹੈ ਕਦੇ? ਮੈਂ ਨਹੀਂ ਜੀ ਕਰੀ ਹੈ। ਕਾਸ਼ ਤਾਂ ਦੇਖ ਲਓ ਜੀ, ਆਹ ਮੈਂ ਤਾਂ ਮੀਂਹ ਪੈਂਦੇ 'ਚ ਬਾਹਰ ਨਹੀਂ ਨਿਕਲਦਾ ਆਪਣੇ ਘਰ ਤੋਂ ਜੀ, ਮੇਰਾ ਪੈਰ 'ਚ ਸੱਟ ਪਈ ਜੀ, ਮੈਂ ਬਾਹਰ ਨਹੀਂ ਨਿਕਲਦਾ, ਅਤੇ ਜਿੰਨੇ ਦਿਨ ਪਾਣੀ ਖੜ੍ਹਾ ਰਹਿੰਦਾ ਉਨੇ ਦਿਨ ਬਾਹਰ ਹੀ ਨਹੀਂ ਨਿਕਲਦਾ ਜੀ ਮੈਂ ਤਾਂ। ਤੁਸੀਂ ਕਹਿੰਦੇ ਹੋ ਗਲੀਆਂ ਨਾਲੀਆਂ ਮਤਲਬ ਪੱਕੀਆਂ ਨਹੀਂ ਹੋਈਆਂ ਜਾਂ ਹਜੇ ਤਾਂ ਖਸਤਾ ਹਾਲਤ ਹੀ ਨਾਲੀਆਂ ਦੀ, 50 ਲੱਖ ਰੁਪਇਆ ਗ੍ਰਾਂਟ ਆਈ ਹੋਈ ਹੈ ਇਸ ਪਿੰਡ ਨੂੰ, ਤੁਸੀਂ ਕੀ ਕਹਿਣਾ ਚਾਹੁੰਦੇ? 50 ਲੱਖ ਰੁਪਇਆ ਕਿਤੇ ਲੱਗਿਆ ਨਹੀਂ? 50 ਲੱਖ ਰੁਪਇਆ ਟੈਂਕੀ ਵਾਸਤੇ ਕਹਿੰਦੇ ਜੀ, ਇੱਥੇ ਤਾਂ ਕੋਈ ਟੈਂਕੀ ਨਾ, ਇੱਕ ਰਾਮਗੜ੍ਹ ਬਣੀ ਟੈਂਕੀ ਜੀ, ਹੋਰ ਕੋਈ ਟੈਂਕੀ ਨਹੀਂ ਬਣੀ। ਅੱਛਾ, ਰਾਮਗੜ੍ਹ ਜਿਹੜਾ ਪਿੰਡ ਆ ਉਹਦੇ ਵਿੱਚ ਹੀ ਪੈਂਦਾ? ਉਹ ਵਿੱਚੇ ਪੈਂਦਾ ਜੀ ਇਹਦੇ। ਓਕੇ, ਇਹਦੇ ਇਲਾਵਾ ਕਿਹੜਾ ਕਮਿਊਨਿਟੀ ਸੈਂਟਰ ਬਣਾਉਣ ਦੀ ਗੱਲ ਹੋਈ ਸੀਗੀ ਪਿੰਡ ਦੇ ਵਿੱਚ, ਮਤਲਬ ਲੋਕਾਂ ਦੀ ਸਹਾਇਤਾ ਲਈ ਵੀ ਸਾਰਾ ਕੁਛ, ਜਿਹੜਾ ਵਿਆਹ ਕਾਰਜ ਤੇ ਕਰ ਸਕਣਗੇ, ਕੀ ਉਹ ਸੈਂਟਰ ਬਣਿਆ? ਕਮਿਊਨਿਟੀ ਸੈਂਟਰ ਬਣਿਆ ਜੀ, ਪਰ ਉਹ ਹਜੇ ਤਿਆਰ ਤਾਂ ਹੋ ਗਿਆ ਵੈਸੇ, ਮੈਂ ਚੱਲ ਕਿਸੇ ਨਾਲ ਬਰਾਤ ਬਰੂਤ ਤਾਂ ਉੱਥੇ ਤਾਰੀ ਨਹੀਂ ਹੈਗੀ ਜੀ, ਕਮਰੇ ਬਣੇ ਹੋਏ ਆ ਜੀ, ਕਮਰੇ ਬਣ ਕੇ ਚਾਲੂ ਨਹੀਂ ਹੋਇਆ। ਠੀਕ ਆ, ਸਭ ਤੋਂ ਵੱਡਾ ਕੰਮ ਹੁੰਦਾ ਸਿੱਖਿਆ ਦਾ, ਪਿੰਡ ਦੇ ਵਿੱਚ ਸਿੱਖਿਆ ਦਾ ਮਤਲਬ ਪੱਧਰ ਕਿਹੋ ਜਿਹਾ ਜੀ, ਇੱਕ ਸਕੂਲ ਕਿਵੇਂ ਦੇ ਨੇ? ਸਕੂਲ ਦਾ ਦੇਖ ਲਓ ਜੀ, ਆਹ ਪ੍ਰਾਇਮਰੀ ਸਕੂਲ ਆ, ਬੱਚਿਆਂ ਨੂੰ ਵਿਚਾਰਿਆਂ ਨੂੰ ਲੰਘਣਾ ਬੜਾ ਔਖਾ ਏ, ਮੀਂਹ ਪੈਂਦੇ 'ਚ ਤਾਂ ਵਿਚਾਰੇ ਪਰਿਵਾਰ ਦੇ ਮੈਂਬਰ ਕੋਈ ਵੀ, ਕੋਈ ਸਕੂਟਰ 'ਤੇ ਛੱਡ ਕੇ ਆਉਂਦਾ, ਕੋਈ ਆਪਣੇ ਮੋਟਰਸਾਈਕਲ 'ਤੇ ਛੱਡ ਕੇ ਆਉਂਦਾ ਜੀ। ਹਾਂਜੀ, ਮਤਲਬ ਬੱਚਿਆਂ ਨੂੰ ਵੀ ਔਖਾ ਹੋਇਆ, ਪਰ ਸਕੂਲ ਦੀ ਹਾਲਤ ਬਹੁਤ ਖਸਤਾ ਆ। ਅੱਛਾ, ਉਦੋਂ ਬਾਅਦ ਸਿਹਤ ਸੇਵਾਵਾਂ ਬਾਰੇ ਕਿਵੇਂ ਆ ਜੀ, ਮਤਲਬ ਕੋਈ ਡਾਕਟਰ ਵਗੈਰਾ ਕੋਈ ਮਿਲ ਜਾਂਦੇ ਨੇ ਟਾਈਮ 'ਤੇ? ਡਾਕਟਰ ਤਾਂ ਬੈਠਦੇ ਆ, ਪਰ ਹੁਣ ਡਾਕਟਰ ਵੀ ਤਾਂ ਹੀ ਜਾਵਾਂਗੇ ਜੇ ਇੱਥੇ ਰਸਤਾ ਠੀਕ ਹੋਊਗਾ ਜੀ। ਆਹੀ ਰਸਤਾ ਜਾ? ਹਾਂਜੀ, ਰਸਤਾ ਇਹੀ ਜਾਂਦਾ ਜੀ। ਤੁਸੀਂ ਮਤਲਬ ਇਸ ਪਿੰਡ ਦੇ ਨਿਵਾਸੀ ਹੋ, ਇਸ ਪਿੰਡ ਦੇ ਵਿੱਚ ਤੁਹਾਡੀਆਂ ਮਤਲਬ ਡਾਕਟਰ ਆਸਾਨੀ ਨਾਲ ਮਿਲ ਜਾਣ, ਹੋਸਪਿਟਲ ਕਿਹੋ ਜਿਹਾ ਰਹੇ? ਹੋਸਪਿਟਲ ਵੀ ਜੀ ਠੀਕ ਹੈ, ਪਤਾ ਕਿਆ ਰਸਤਾ ਨਹੀਂ ਬਿਲਕੁਲ ਸਹੀ ਹੈਗਾ, ਡਾਕਟਰ ਅੱਛੇ ਹੈਗੇ। ਹੋਰ ਕੀ ਪ੍ਰੋਬਲਮ ਆਉਂਦੀ ਤੁਹਾਨੂੰ, ਹੋਰ ਕੀ ਮੁਸ਼ਕਿਲਾਂ ਨੇ? ਕੀ ਰਸਤੇ ਕੀ ਬਹੁਤ ਗੰਦੀ ਹੈ, ਟੋਬਾ ਇੱਕ ਸਾਡੇ ਬਹੁਤ ਬੁਰਾ ਹਾਲ ਹੈ ਟੋਬੇ 'ਚ, ਟੋਬੇ ਦਾ ਸਫਾਈ ਕਰਦੇ ਹਾਂ ਜੀ, ਸਫਾਈ ਕਰੀ ਹੈ, ਐਸੀ ਗੱਲ ਨਹੀਂ, ਸਫਾਈ ਕੀਤੀ ਹੈ ਉਹਨਾਂ ਨੇ, ਹੁਣ ਜਦ ਤੱਕ ਸਰਪੰਚ ਸਸਪੈਂਡ ਹੋਇਆ ਨਾ, ਉਸ ਤੋਂ ਬਾਅਦ ਨਹੀਂ ਹੋਈ ਹੈ। ਹਾਂ, ਦੀਵਾਲੀ ਤੋਂ ਬਾਅਦ ਨਹੀਂ ਹੋਈ ਹੈ, ਲੰਬਾ ਸਮਾਂ ਹੋ ਗਿਆ, ਮਤਲਬ ਬਿਮਾਰੀਆਂ ਦਾ ਕਾਰਨ ਹੈ। ਅੱਛਾ, ਇਹਦੂ ਇਲਾਵਾ ਉਸਦਾ ਬਹੁਤ ਬੁਰਾ ਹਾਲ ਹੈ, ਪਾਣੀ ਪੀਣ ਨੂੰ, ਪਾਣੀ ਦੀ ਸਫਾਈ ਨਹੀਂ ਹੈ ਸਾਡੇ, ਪੀਣ ਨੂੰ ਪਾਣੀ ਮਿਲਦਾ ਇੱਥੇ? ਪਾਣੀ ਪੀਣ ਨੂੰ ਆਉਂਦਾ ਜੀ, ਪੰਪ ਨਾਲ ਆਉਂਦਾ, ਪੰਪ ਨਾਲ ਆਉਂਦਾ, ਵੈਸੇ ਨਹੀਂ ਆਉਂਦਾ, ਨਾ
ਉਦਾਂ ਨਹੀਂ ਆਉਂਦਾ ਜੀ। ਕਿੰਨੀਆਂ ਕੁ ਮੁਸ਼ਕਲਾਂ ਇਸ ਪਿੰਡ 'ਚ ਤੁਹਾਨੂੰ ਆਉਂਦੀਆਂ ਰਹਿਣ ਨਾਲ? ਅੱਜ ਬਹੁਤ ਮੁਸ਼ਕਲ ਹੈ, ਸੜਕ ਰੋਡ ਦਾ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ, ਕਿਤੇ ਵੀ ਨਹੀਂ ਜਾ ਸਕਦੇ ਜੀ, ਆ ਨਹੀਂ ਸਕਦੇ ਕਿਤੇ ਨੂੰ ਵੀ, ਗੋਡੇ ਗੋਡੇ ਪਾਣੀ ਆਉਂਦਾ ਜੀ ਮੀਂਹ ਦਾ ਵਰਸਦਾ। ਅੱਛਾ, ਤੁਹਾਨੂੰ ਪਤਾ ਤੁਹਾਡੇ ਲੋਕ ਸਭਾ ਮੈਂਬਰ ਕੌਣ ਨੇ ਤੇ MP ਨੂੰ ਕਦੇ ਮਿਲੇ ਨੇ MP ਤੁਹਾਨੂੰ? ਨਹੀਂ ਜੀ, ਸਾਨੂੰ ਕੋਈ ਨਹੀਂ ਮਿਲਿਆ ਹੈ। ਤੁਹਾਨੂੰ ਕੋਈ ਨਹੀਂ ਮਿਲਿਆ? ਨਹੀਂ ਜੀ, ਸਾਨੂੰ ਕੋਈ ਨਹੀਂ ਮਿਲਿਆ। ਤੁਹਾਡਾ ਪਿੰਡ ਉਹਨਾਂ ਨੇ ਗੋਦ ਲਿਆ ਹੋਇਆ, ਚੰਦੂ ਮਾਜਰਾ ਜੀ ਨੇ ਜਿਹੜੇ MP ਨੇ ਇੱਥੋਂ ਦਾ, ਠੀਕ ਹੈ, ਉਹਨਾਂ ਨੇ ਤੁਹਾਡਾ ਪਿੰਡ ਗੋਦ ਲੈ ਕੇ ਵਿਕਾਸ ਕਰਨਾ ਸੀ, ਗੋਦ ਲਿਆ ਪਿੰਡ ਮਾਤਾ ਜੀ ਪੁੱਤ ਵਰਗਾ ਹੁੰਦਾ ਕਿ ਵੇਖੋ ਤੁਸੀਂ ਦੱਸੋ ਵੀ ਤੁਹਾਡੇ ਉਸ ਪਿੰਡ ਦੇ ਵਿੱਚ ਸੜਕਾਂ ਨਾਲੀਆਂ ਜਾਂ ਹੋਰ ਪਾਣੀ ਦੀ ਪੀਣ ਨੂੰ ਸੁਵਿਧਾ ਹੈਗੀ ਕੋਈ? ਨਹੀਂ ਜੀ, ਕੋਈ ਸੁਵਿਧਾ ਨਹੀਂ ਹੈ, ਪਾਣੀ ਪੰਪਾਂ ਗੱਲ ਪਾਣੀ ਆਉਂਦਾ ਜੀ। ਕੋਈ ਟੈਂਕੀ ਵਗੈਰਾ? ਨਾ, ਟੈਂਕੀ ਵੀ ਨਹੀਂ ਹੈ ਜੀ, ਰੌਂਗੜ ਵਿੱਚ ਹੈ ਟੈਂਕੀ। ਓਕੇ, ਨਾਲੇ ਕੋਈ ਦੂਜੇ ਪਾਸੇ ਬਣੀ? ਹਾਂ ਜੀ। ਤੇ ਡਿਸਪੈਂਸਰੀ ਵਗੈਰਾ ਕੋਈ? ਹਾਂ, ਡਿਸਪੈਂਸਰੀ ਜੀ ਆ ਰੋਡ ਪਰ ਆ, ਇਹਦੇ ਵਿੱਚ ਗੰਦ ਬਹੁਤ ਹੈ। ਗੰਦ? ਹਾਂ, ਬਹੁਤ ਜ਼ਿਆਦਾ ਵੇਜ ਹੈ। ਕੰਮ ਤਾਂ ਬਹੁਤ ਕਰਾਇਆ ਜੀ ਉਹਨਾਂ, ਕਿਆ ਲੇਖਾ ਛੱਡਿਆ। ਅੱਛਾ ਜੀ। ਹਾਂ, ਕਿਸ ਤਰ੍ਹਾਂ ਦਾ ਕੰਮ ਕਰਾਇਆ? ਕੰਮ ਠੀਕ ਕਰਾਇਆ ਵਿਚਾਰੇ ਨੇ, ਬਹੁਤ ਪੈਸਾ ਲਾਇਆ। ਅੱਛਾ, ਪੈਸਾ ਤੁਸੀਂ ਕਹਿੰਦੇ ਲਾਇਆ? ਸੜਕਾਂ ਅਜੇ ਵੇਖੀਆਂ ਟੁੱਟੀਆਂ ਪਈਆਂ ਨੇ ਕਾਫੀ ਹਾਲਤ। ਇਹ ਤਾਂ ਫਿਰ ਬਣਾਉਣੀ ਸੀ, ਹੁਣ ਫਿਰ ਇਹਨਾਂ ਨੇ ਉਹ ਤਾਰ ਤਿਆ ਵਿਚਾਰਾ ਸਰਪੰਚ। ਪਾਣੀ ਦੀ ਸੁਵਿਧਾ ਹੈਗੀ ਪਿੰਡ? ਪਾਣੀ ਤਾਂ ਮਿਲਦਾ, ਪਾਣੀ ਨੂੰ ਕਿਆ ਕਰੂ, ਪਾਣੀ ਤਾਂ ਪੂਰਾ ਨਿਕਾਲ ਬਹਾਇਆ ਨਹੀਂ ਕਿਤੇ ਜੀ ਨੂੰ। ਓਕੇ, ਨਿਕਾਸੀ ਨਹੀਂ ਹੈਗੀ ਪਾਣੀ, ਤੁਸੀਂ ਕਹਿ ਰਹੇ ਹੋ ਪਾਣੀ ਖੜ ਜਾਂਦਾ ਮੀਂਹ ਵਾਲੇ ਦਿਨਾਂ ਦੇ ਵਿੱਚ? ਤੁਰਿਆ ਤਾਂ ਬਹੁਤ ਬੁਰਾ ਹਾਲ ਹੈਗਾ। ਓਕੇ, ਤੁਹਾਨੂੰ ਲੱਗਦਾ ਕਿ MP ਸਾਹਿਬ ਨੇ ਕੁਛ ਵੱਖਰਾ ਕੀਤਾ ਪਿੰਡ ਦੇ ਵਿੱਚ, ਕੋਈ ਲੱਗਦਾ ਤੁਹਾਨੂੰ ਵੀ ਹਾਂ ਕੋਈ ਵਿਕਾਸ ਕਰਾਇਆ ਉਹਨਾਂ ਨੇ? ਹੋਰ ਤਾਂ ਕੋਈ ਨਹੀਂ, ਇੰਨਾ ਕਰਿਆ, ਇੰਨਾ ਤਾਂ ਨਹੀਂ, ਹੋਰ ਸਾਰੇ ਗਲੀਆਂ ਬਣਾ ਤੀਆਂ ਬਹੁਤ, ਇੱਕ ਉਹ ਟੋਬੇ ਮਾ ਉਹ ਜੰਜ ਘਰ ਬਣਾ ਤਿਆ ਹੈ। ਅੱਛਾ, ਹੋਰ ਬਹੁਤ ਕੁਛ ਬਣਾਇਆ ਜਾਂਦਾ, ਪੈਸਾ ਬਹੁਤ ਲਾਇਆ। ਦਰਸ਼ਕੋ, ਅਸੀਂ ਪਹੁੰਚ ਚੁੱਕੇ ਹਾਂ ਦਾਊਂ ਦੀ ਡਿਸਪੈਂਸਰੀ ਵਿੱਚ, ਜਿਹਦੀ ਹਾਲਤ ਬਿਲਕੁਲ ਤਰਸਯੋਗ ਹੋ ਚੁੱਕੀ ਹੈ। ਹਾਲ ਹੀ ਥੋੜ੍ਹੇ ਦਿਨ ਪਹਿਲਾਂ ਮੀਂਹ ਪਿਆ ਸੀ ਅਤੇ ਉਦੋਂ ਬਾਅਦ ਛੱਤਾਂ ਹਜੇ ਤੱਕ ਚੋ ਰਹੀਆਂ ਨੇ, ਪਾਣੀ ਹਜੇ ਤੱਕ ਡਿਸਪੈਂਸਰੀ ਅੰਦਰ ਖੜ੍ਹਾ ਹੈ। ਆਓ ਆਪਾਂ ਡਿਸਪੈਂਸਰੀ ਦੇ ਇੰਚਾਰਜ ਨਾਲ ਗੱਲ ਕਰਦੇ ਹਾਂ ਕਿ ਕੀ ਹਾਲਾਤ ਨੇ ਡਿਸਪੈਂਸਰੀ ਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਮੈਮ, ਕੀ ਨਾਂ ਤੁਹਾਡਾ? ਮੈਂ ਸਰਬਜੀਤ ਕੌਰ। ਓਕੇ ਮੈਮ, ਤੁਸੀਂ ਇੱਥੇ ਕਿਵੇਂ ਕੀ ਸੇਵਾ ਨਿਭਾ ਰਹੇ ਹੋ? ਮੈਂ ਜੇ ਫਾਰਮਾਸਿਸਟ ਇੱਥੇ। ਓਕੇ, ਕਿੰਨਾ ਸਮਾਂ ਹੋ ਗਿਆ ਤੁਹਾਨੂੰ? ਮੈਂ 2014 ਚ ਆਈ ਸੀ ਇੱਥੇ। 2014 ਵਿੱਚ ਹੀ MP ਸਾਹਿਬ ਨੇ ਪਿੰਡ ਗੋਦ ਲਿਆ ਸੀਗਾ। ਤੁਸੀਂ ਤਕਰੀਬਨ 4 ਸਾਲ ਤੁਹਾਨੂੰ ਇੱਥੇ ਹੋ ਚੁੱਕੇ ਨੇ, 4 ਸਾਲਾਂ ਦੌਰਾਨ ਡਿਸਪੈਂਸਰੀ ਦੇ ਵਿੱਚ ਵਿਕਾਸ ਕੋਈ ਹੋਇਆ, ਕੋਈ ਫਰਕ ਆਇਆ? ਨਹੀਂ ਜੀ, ਕਿਉਂਕਿ ਬਿਲਡਿੰਗ ਬਹੁਤ ਜ਼ਿਆਦਾ ਖਸਤਾ ਹਾਲਤ ਹੋਈ, ਦੀ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਖਰਾਬ ਹੈ। ਬਾਰਿਸ਼ਾਂ ਦੇ ਵਿੱਚ ਸਾਨੂੰ ਇੱਥੇ ਬੈਠਣਾ ਵੀ ਬਹੁਤ ਮੁਸ਼ਕਿਲ ਹੈ ਅਤੇ ਸਾਰੀ ਚੋਂਦੀ ਹੈ, ਸਾਡੀ ਮੈਡੀਸਿਨ ਖਰਾਬ ਹੋ ਰਹੀ ਹੈ, ਸਾਡੇ ਇੱਥੇ ਤੱਕ ਕਿ ਰਜਿਸਟਰ ਵੀ ਖਰਾਬ ਹੋ ਰਹੇ ਨੇ। ਤੁਸੀਂ ਇਸ ਚੀਜ਼ ਬਾਰੇ ਕੰਪਲੇਂਟ ਕੀਤੀ ਕਿਸੇ ਕੋਲ? ਹਾਂਜੀ, ਅਸੀਂ ਸਿਵਲ ਸਰਜਨ ਨੂੰ ਦਿੱਤੀ ਹੈ ਲੈਟਰ ਅਤੇ SMO ਸਾਹਿਬ ਨੂੰ ਦਿੱਤੀ ਹੈ। ਕੀ ਕਾਰਵਾਈ ਕੀ ਹੋ ਰਹੀ ਹੈ? ਹਾਲੇ ਤੱਕ ਤਾਂ ਕੁਛ ਨਹੀਂ ਹੋਈ ਹੈ। ਹਾਲੇ ਤੱਕ ਕੁਛ ਨਹੀਂ ਹੋਈ? ਨਹੀਂ ਸੀ। ਅੱਛਾ, ਬਿਲਡਿੰਗ ਨੂੰ ਲੈ ਕੇ ਕਦੇ ਕੋਈ ਤੁਸੀਂ ਡਿਮਾਂਡ ਰੱਖੀ ਹੈ ਕਦੇ? ਬਿਲਡਿੰਗ ਦੀ ਵੀ ਹਾਂਜੀ, ਅਸੀਂ BDPO ਦਫ਼ਤਰ 'ਚ ਵੀ ਕੀਤੀ ਸੀਗੀ, ਬਟ ਉੱਥੋਂ ਕੋਈ ਆਏ ਵੀ ਸੀਗੇ ਦੇਖਣ ਵਾਸਤੇ, ਬਟ ਅੱਗੇ ਉਹਨਾਂ ਨੇ ਕੋਈ ਰਿਸਪੋਂਸ ਨਹੀਂ। ਕਿੰਨਾ ਕੁ ਸਮਾਂ ਹੋ ਗਿਆ ਜੀ ਬਿਲਡਿੰਗ ਵਾਲੀ ਗੱਲ ਨੂੰ? ਇਹ 2 ਮਹੀਨੇ ਹੋਏ ਹੋਣੇ। 2 ਮਹੀਨੇ ਹੋ ਗਏ, ਮਤਲਬ ਸਿਰਫ ਆ ਕੇ ਦੇਖ ਕੇ ਚਲੇ ਗਏ, ਠੀਕ ਹੈ। ਇੱਕ ਦਵਾਈਆਂ ਦਾ ਪ੍ਰੋਸੀਜਰ ਹੁੰਦਾ ਆ ਲਾਜ਼ਮੀ ਜਿਹੜੇ ਜ਼ਰੂਰ? ਹਾਂਜੀ, ਪਾਣੀ ਦੀ ਪ੍ਰੋਬਲਮ ਹੈ ਜੀ, ਪਾਣੀ ਬਿਲਕੁਲ ਨਹੀਂ ਆ ਰਿਹਾ, ਸਾਲ ਹੋ ਗਿਆ ਪਾਣੀ ਨਹੀਂ ਆ ਰਿਹਾ ਬਿਲਕੁਲ ਵੀ। ਪਾਣੀ ਡਿਸਪੈਂਸਰੀ 'ਚ ਨਹੀਂ ਆ ਰਿਹਾ? ਨਹੀਂ, ਪਾਣੀ ਵੈਸੇ ਲੱਗਿਆ ਹੋਇਆ ਟੂਟੀ, ਪਰ ਸਪਲਾਈ ਅੱਗੇ ਆ ਨਹੀਂ ਰਹੀ, ਪੈਪ ਟੁੱਟੇ ਹੋਏ ਆ ਜੀ। ਅੱਛਾ, ਸੜਕ ਬਾਰੇ ਕੀ ਕਹਿਣਾ? ਸੜਕ ਵੀ ਕਹਿੰਦੇ ਬਹੁਤ ਦਾ ਵੀ ਬੁਰਾ ਹਾਲ ਹੈ ਜੀ, ਦੇਖੋ ਤੁਸੀਂ ਕਿੱਦਾਂ ਮਰੀਜ਼ ਆਉਂਦੇ ਆ, ਬੁਰਾ ਹਾਲ ਹੈ, ਅਸੀਂ ਵੀ ਬੜੀ ਮੁਸ਼ਕਲ ਨਾਲ ਪੈਰ ਤੋਂ ਜੁੱਤੀਆਂ ਕੱਢ ਕੱਢ ਕੇ ਅੱਗੇ ਆਉਂਦੇ ਆ ਜੀ। ਮੁਸ਼ਕਲਾਂ ਆਉਂਦੀਆਂ ਨੇ ਮਰੀਜ਼ਾਂ ਨੂੰ ਆਉਣ ਜਾਣ ਲੱਗੇ, ਇੱਕ ਮੁੱਢਲੀ ਜਿਹੜੀ ਸਹਾਇਤਾ ਹੁੰਦੀ ਆ ਮਰੀਜ਼ ਨੂੰ ਮਿਲ ਜਾਂਦੀ ਹੈ ਤਾਂ ਸੌਖੀ ਮਿਲ ਜਾਂਦੀ ਡਿਸਪੈਂਸਰੀ 'ਚ ਕਿ ਨਹੀਂ? ਹਾਂਜੀ, ਉਹ ਤਾਂ ਚਲੋ ਮੈਡੀਸਿਨ ਤਾਂ ਅਵੇਲੇਬਲ ਹੁੰਦੀ ਹੈ, ਬਾਕੀ ਹੋਰ ਵੀ ਜਿਹੜੀ ਸਕੀਮ ਸਾਡੇ ਕੋਲ ਆਉਂਦੀ ਹੈ ਅਸੀਂ ਉਹ ਸਾਰਾ ਕੁਝ ਅਵੇਲੇਬਲ ਕਰਾਉਂਦੇ ਹਾਂ, ਬਟ ਸਪਲਾਈ ਵੀ ਕਈ ਵਾਰ ਦੇਰ ਨਾਲ ਆਉਂਦੀ ਹੈ। ਕਿੰਨੇ ਚਿਰ ਬਾਅਦ ਸਪਲਾਈ ਆਉਂਦੀ ਹੈ? ਤਕਰੀਬਨ ਤਾਂ ਸਾਲ ਦੇ ਵਿੱਚ ਆਉਣੀ ਚਾਹੀਦੀ ਆ, ਇੱਥੇ ਕਿੰਨੇ ਵਾਰ ਕਿੰਨੇ ਚਿਰ ਆਉਂਦੀ ਹੈ? ਇੱਥੇ ਹੁਣ 2 ਸਾਲ ਬਾਅਦ ਆਈ ਸੀ। 2 ਸਾਲ ਬਾਅਦ ਆਈ ਸੀ? ਹਾਂਜੀ। ਲੋੜੀਂਦੀ ਦਵਾਈ ਆਉਂਦੀ ਜਾਂ ਕੋਈ ਛੱਡ ਛੁਡਾ ਕੇ ਆਉਂਦੀ? ਨਹੀਂ, ਲੋੜੀਂਦੀ ਆ ਜਾਂਦੀ ਹੈ, ਪਰ ਕਈ ਵਾਰ ਉਹਨਾਂ ਦੀ ਜਿਹੜੀ ਕੁਆਂਟਿਟੀ ਘੱਟ ਹੁੰਦੀ ਹੈ ਲੋੜੀਂਦੀ ਦਵਾਈਆਂ ਦੀ। ਹਾਂਜੀ। ਅੱਛਾ, ਸੱਪਾਂ ਸੁੱਪਾਂ ਦਾ ਮੈਂ ਸੁਣਿਆ ਬਹੁਤ ਇੱਥੇ ਡਰ ਰਹਿੰਦਾ ਆ, ਤਾਂ ਸੋ ਤੁਸੀਂ ਮਤਲਬ ਕਦੇ ਇੱਥੇ ਤੁਹਾਡੇ ਨਾਲ ਕੋਈ ਘਟਨਾ ਵਾਪਰੀ ਹੈ ਅਜਿਹੀ ਕੋਈ? ਨਹੀਂ, ਵੈਸੇ ਤਾਂ ਨਹੀਂ, ਅਸੀਂ ਦੇਖਦੇ ਰਹਿੰਦੇ, ਵੈਸੇ ਫਿਰਦੇ ਰਹਿੰਦੇ ਹਾਂ ਜੀ। ਹਾਂਜੀ, ਵੈਸੇ ਬਹੁਤ ਆ ਜਾਂਦੇ ਆ ਜੀ। ਹਾਂਜੀ, ਆਹ ਹੁਣ ਤੁਸੀਂ ਦੇਖ ਲਓ, ਆਹੀ ਨਿਕਲੇ ਹੋਏ ਆ। ਹਾਂਜੀ, ਇਸ ਤਰ੍ਹਾਂ ਦੇ ਹਾਲਾਤ ਹੈਗੇ ਆ ਇੱਥੇ, ਬਹੁਤ ਮਾੜਾ ਹਾਲ ਹੈ। ਸਟੋਰ ਦੇ ਵਿੱਚ ਵੀ ਹੁੰਦੇ ਆ, ਨੇਵਲੇ ਵੜ ਜਾਂਦੇ ਆ ਅਤੇ ਉੱਥੋਂ ਖਿੜਕੀਆਂ 'ਚੋਂ ਸਨੇਕਸ ਆ ਜਾਂਦੇ ਨੇ ਉੱਥੇ। ਪ੍ਰੋਪਰ ਅਸੀਂ ਇਹ ਗੱਲ ਕਰ ਸਕਦੇ ਹਾਂ ਕਿ ਡਿਸਪੈਂਸਰੀ ਦੀ ਹਾਲਤ 4 ਸਾਲਾਂ ਦੌਰਾਨ ਬਿਲਕੁਲ ਵੀ ਸੁਧਰੀ ਨਹੀਂ। ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਜਿਨ੍ਹਾਂ ਨੇ ਇਹ ਪਿੰਡ ਗੋਦ ਲਿਆ ਸੀ, ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਗੋਦ ਲਿਆ ਪਿੰਡ ਪੁੱਤ ਵਰਗਾ ਹੁੰਦਾ ਆ, ਉਹਨਾਂ ਨੇ ਆਪਣੇ ਪੁੱਤ ਵੱਲ ਕੋਈ ਧਿਆਨ ਨਹੀਂ ਦਿੱਤਾ।
ਤੁਸੀਂ ਪਿੰਡ ਦੀ ਡਿਸਪੈਂਸਰੀ ਦਾ ਹਾਲ ਦੇਖਿਆ, ਹੁਣ ਤੁਹਾਨੂੰ ਦਿਖਾਉਣੇ ਆ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਹਾਲ, ਕਿਉਂਕਿ ਇੱਥੋਂ ਹੀ ਬਾਅਦ ਬੱਚੇ ਦੇਸ਼ ਦਾ ਭਵਿੱਖ ਬਣਦੇ ਨੇ ਅਤੇ ਬੱਚਿਆਂ ਦਾ ਭਵਿੱਖ ਸਕੂਲ ਦੇ ਵਿੱਚ ਹੀ ਸਵਾਰਿਆ ਜਾਂਦਾ ਹੈ। ਇਸ ਸਕੂਲ ਦੇ ਵਿੱਚ ਤਕਰੀਬਨ 132 ਬੱਚੇ ਪੜ੍ਹਦੇ ਨੇ। ਸੋ ਆਓ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਪਿੰਡ ਦੇ ਸਕੂਲ ਦਾ ਕਿੰਨਾ ਕੁ ਵਿਕਾਸ ਕਰਾਇਆ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ। ਚੰਦੂ ਮਾਜਰਾ ਜੀ ਨੇ ਤੁਹਾਡਾ ਪਿੰਡ ਗੋਦ ਲਿਆ ਸੀ, ਤੁਹਾਨੂੰ ਪਤਾ? ਪਤਾ। ਅੱਛਾ, ਗੋਦ ਲੈਣ ਤੋਂ ਬਾਅਦ ਉਹਨਾਂ ਨੇ ਕਿੰਨਾ ਕੁ ਵਿਕਾਸ ਕਰਾਇਆ ਪਿੰਡ 'ਚ ਪਤਾ? ਕੰਮ ਤਾਂ ਬਸ ਚੱਲੀ ਹੋ ਜਾਂਦੇ ਆ, ਕੰਮ ਚੱਲ ਰਿਹਾ। ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ, ਕਿਉਂਕਿ ਮੈਂ ਵੇਖ ਰਿਹਾ ਹਾਂ ਗਲੀਆਂ ਨਾਲੀਆਂ ਟੁੱਟੀਆਂ ਪਈਆਂ, ਸੜਕਾਂ ਜਮ੍ਹਾਂ ਟੁੱਟੀਆਂ ਪਈਆਂ ਨੇ। ਨੌਲੀਆਂ ਤਾਂ ਇਹ ਬਣੀਆਂ ਤੀਆਂ ਬਣਾਈਆਂ ਤੀਆਂ ਕੁਛ। ਅੱਛਾ ਜੀ। ਉਹਦਾ ਬਸ ਇਹੀ ਆ ਵੀ ਜਿਹੜੀ ਪਾਰਟੀਬਾਜ਼ੀ ਹੈ ਇੱਕ ਦੂਏ ਦਾ ਅੜਿੱਕੇ ਡਾਟ ਨਹੀਂ ਕੰਮ ਰੁਕ ਜਾਂਦੇ। ਤੁਸੀਂ ਕਹਿਣਾ ਜਿਵੇਂ 4 ਸਾਲਾਂ ਦੌਰਾਨ ਚੰਦੂ ਮਾਜਰਾ ਜੀ ਨੇ ਪੈਸੇ ਦਿੱਤੇ ਸੀ ਸੜਕਾਂ ਨਾਲੀਆਂ ਬਣੀਆਂ ਸੀ? ਹਾਂ, ਇਹ ਨਾਲੀਆਂ ਤਾਂ ਉਸੇ ਨੇ ਬਣਾਈ ਵੀ ਆਹ, ਬਾਕੀ ਪਾਰਾਂ ਵੀ। ਅੱਛਾ, ਹੋਰ ਬੜਾ ਪਿੰਡ ਦੇ ਵਿੱਚ ਪਾਣੀ ਦੀ ਬੜੀ ਸਮੱਸਿਆ ਸੀਗੀ, ਪਾਣੀ ਹੁਣ ਹੈ, ਪੀਣ ਨੂੰ ਮਿਲ ਜਾਂਦਾ ਸੌਖਾ? ਆਈ ਜਾਂਦਾ ਪਾਣੀ, ਇਹ ਤਾਂ ਛੱਡੀ ਹੋ ਜਾਣਾ ਕੰਮ। ਅੱਛਾ, ਇਦੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਜੀ ਪਾਣੀ, ਮੀਂਹ ਦੇ ਦੌਰਾਨ ਬੜਾ ਪਾਣੀ ਖੜਦਾ ਸੀ ਜਾਂ ਰੋਡ ਬੜਾ ਟੁੱਟਿਆ ਸੀ? ਹੁਣ ਨਾਲਾ ਹੈ ਨਹੀਂ, ਪਾਣੀ ਦਾ ਵਿਕਾਸ ਨਹੀਂ, ਮੂਹਰਾ ਉੱਚੇ ਹੋ ਗਏ, ਪਾਣੀ ਤਾਂ ਰੁਕਣੀ ਹੈ ਪਿੱਛੇ ਨੂੰ ਆਉਣ 'ਚ, ਇਹ ਚੀਜ਼ ਹੋ ਗਈ। ਅੱਛਾ, ਮਤਲਬ ਨਿਕਾਸ ਹਜੇ ਹੁੰਦਾ ਨਹੀਂ ਪਾਣੀ ਦਾ ਫਿਰ ਵੀ? ਆਪਾਂ ਨਹੀਂ, ਹਾਲੇ ਨਹੀਂ ਹੁੰਦਾ। ਅਤੇ ਸੜਕ ਦੀ ਗੱਲ ਪਾਣੀ ਪਿੰਡਾਂ ਦੇ ਵਿੱਚ ਨਾ ਇੱਕ ਮਤਲਬ ਹੋਰ ਬੜੀ ਹੁੰਦੀ ਆ, ਡਾਕਟਰ ਨਹੀਂ ਚੰਗੀ ਤਰ੍ਹਾਂ ਮਿਲਦੇ ਜਾਂ ਡਾਕਟਰ ਡਿਸਪੈਂਸਰੀਆਂ ਨਹੀਂ ਵਧੀਆ ਹੁੰਦੀਆਂ, ਤੁਹਾਡੇ ਪਿੰਡ ਦੀ ਡਿਸਪੈਂਸਰੀ ਕਿਹੋ ਜਿਹੀ ਆ? ਠੀਕ ਆ, ਡਰੀ ਜਾਂਦੇ ਵੀ ਦਵਾਈ ਠੀਕ ਹੈ, ਫਾਇਦਾ ਹੀ ਹੈ। ਅਤੇ ਤੁਸੀਂ ਮਾੜਾ ਸੰਤੁਸ਼ਟ ਹੈਗੇ ਹੋ ਜੋ ਉਹਨਾਂ ਨੇ ਕੰਮ ਕਰਾਇਆ ਜਾਂ ਜੋ ਸਰਕਾਰ ਕੰਮ ਕਰਾ ਰਹੀ, ਤੁਸੀਂ ਸੰਤੁਸ਼ਟ ਉਹਨਾਂ ਤੋਂ? ਠੀਕ ਹੈ ਜਿਹੜਾ ਮਰਜ਼ੀ ਆਈ ਜਾ, ਉਹ ਕੰਮ ਤਾਂ ਉਹੀ ਹੋ ਜਾਣੇ। ਦਾਊਂ ਪਿੰਡ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ, ਲੋਕਾਂ ਦਾ ਕਹਿਣਾ ਹੈ ਕਿ MP ਚੰਦੂ ਮਾਜਰਾ ਨੇ ਇਹ ਪਿੰਡ ਗੋਦ ਲੈਣ ਤੋਂ ਬਾਅਦ ਇਸਦੀ ਸਾਰ ਨਹੀਂ ਲਈ। ਮੇਰੇ ਪਿੱਛੇ ਤੁਸੀਂ ਬਿਲਕੁਲ ਸੱਜੇ ਤੱਕ ਦੇਖ ਸਕਦੇ ਹੋ ਪਿੰਡ ਦਾ ਟੋਭਾ ਆ ਜੋ ਕਿ ਪੂਰਾ ਗੰਦਗੀ ਨਾਲ ਭਰਿਆ ਹੋਇਆ ਹੈ, ਜਿਸ ਦਾ ਪਿੰਡ ਵਾਲਿਆਂ ਦਾ ਕਹਿਣਾ ਕਿ ਲੰਮੇ ਸਮੇਂ ਤੋਂ ਇਸਦੀ ਸਫਾਈ ਨਹੀਂ ਹੋ ਸਕੀ ਹੈ। ਸੋ ਇਸਦੀ ਸਫਾਈ ਦੀ ਬਹੁਤ ਲੋੜ ਹੈ, ਕਿਉਂਕਿ ਇਸ ਗੰਦੇ ਪਾਣੀ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਵੀ ਪੈਦਾ ਹੁੰਦੀਆਂ ਨੇ ਅਤੇ ਇਹ ਪਾਣੀ ਕਿਤੇ ਨਾ ਕਿਤੇ ਜਾ ਕੇ ਸ਼ਮਸ਼ਾਨ ਘਾਟ ਜੋ ਕਿ ਮੇਰੇ ਖੱਬੇ ਹੱਥ ਹੈ ਉਸ ਦੇ ਵਿੱਚ ਜਾ ਕੇ ਪੈਂਦਾ ਹੈ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਵੀ ਆਉਂਦੀ ਹੈ, ਕਿਉਂਕਿ ਲੋਕਾਂ ਨੇ ਸ਼ਮਸ਼ਾਨ ਘਾਟ ਇੱਕ ਐਸੀ ਜਗ੍ਹਾ ਹੁੰਦੀ ਜੋ ਸਭ ਦੀ ਸਾਂਝੀ ਹੁੰਦੀ ਹੈ ਅਤੇ ਲੋਕਾਂ ਨੂੰ ਉਸ ਸਮੇਂ ਦੀ ਪ੍ਰੋਬਲਮ ਨਾਲ ਵੀ ਸਾਹਮਣਾ ਕਰਨਾ ਪੈਂਦਾ ਹੈ। ਇਹ ਟੋਭਾ ਬਹੁਤ ਜ਼ਿਆਦਾ ਗੰਦਗੀ ਨਾਲ ਭਰਿਆ ਹੋਇਆ, ਇਸ ਟੋਭੇ ਦਾ ਮਤਲਬ ਕਿ ਸਫਾਈ ਨਹੀਂ ਹੋਈ ਕਦੇ? ਕਦੀ ਵੀ ਸਫਾਈ ਨਹੀਂ ਹੋਈ, ਜਦੋਂ ਲੰਘਦੇ ਹਾਂ ਸਾਰੇ ਪੈਰਾਂ 'ਤੇ ਚਿੱਟੇ ਪੈ ਜਾਂਦੇ, ਗੰਦੇ, ਬਹੁਤ ਬੁਰੀ ਹਾਲਤ ਹੈ, ਪੈਰਾਂ 'ਤੇ ਖਾਜ ਲੱਗ ਜਾਂਦੀ, ਹੁਣ ਪਾਣੀ ਲੋਕਾਂ ਦੇ ਘਰਾਂ 'ਚ ਵੜਦਾ। ਅੱਛਾ, ਮੀਂਹ ਦੇ ਹੁਣ ਬਰਸਾਤਾਂ ਪਿੱਛੇ ਟੱਪ ਕੇ ਗਈਆਂ ਨੇ, ਉਸ ਪਾਣੀ ਵੀ ਕਾਫੀ ਵੱਧ ਗਿਆ ਟੋਭੇ ਦਾ, ਅਤੇ ਸਫਾਈ ਕਰਾਉਣ ਦੀ ਕਦੇ ਗੱਲ ਨਹੀਂ ਕੀਤੀ ਇੱਥੇ? ਕਦੀ ਦੇਖਿਆ ਹੀ ਨਹੀਂ ਕੋਈ ਸਫਾਈ ਵਾਲਾ ਉਰੇ, ਗੱਲ ਤਾਂ ਕਿਹਨੇ ਕਰਨੀ ਗੱਲ, ਕਦੀ ਦੇਖੇ ਨਹੀਂ ਕੋਈ ਵੀ ਸਫਾਈ ਕਰ ਦੇਵੇ ਇਹ ਟੋਭੇ ਦੀ। ਨਾਲ ਸ਼ਮਸ਼ਾਨ ਘਾਟ ਆ ਦੇ ਨਾਲ ਹੀ ਇਹਦਾ ਪਾਣੀ ਟੋਭੇ 'ਚ ਮਤਲਬ ਟੋਭੇ ਦਾ ਪਾਣੀ ਸ਼ਮਸ਼ਾਨ ਘਾਟ 'ਚ ਵੜਦਾ ਆ, ਸੋ ਇਹਦੇ ਬਾਰੇ ਤੁਹਾਨੂੰ ਕਿੰਨੀ ਤਕਲੀਫ ਆਉਂਦੀ, ਤੁਸੀਂ ਵੀ ਕਦੇ ਨਾ ਕਦੇ ਕਦੇ ਗਏ ਹੋਵੋਗੇ? ਸਾਡੇ ਘਰ ਹੀ ਨਜ਼ਦੀਕ ਆ ਸਾਡਾ, ਨਾਲੇ ਪਾਣੀ ਓਵਰਫਲੋ ਹੋ ਜਾਂਦਾ ਇੱਧਰ ਨੂੰ, ਸਾਡੇ ਘਰਾਂ ਤੱਕ ਚਲੇ ਜਾਂਦਾ ਪਾਣੀ, ਟੋਭੇ ਦਾ ਪਾਣੀ ਘਰਾਂ ਤੱਕ ਆਉਂਦਾ? ਹਾਂ, ਘਰਾਂ ਤੱਕ ਟੋਭੇ ਦਾ ਪਾਣੀ ਐਨ ਚਲੇ ਜਾਂਦਾ, ਸਾਰਾ ਪਾਣੀ ਬਾਹਰ ਨਿਕਲਦਾ। ਸੋ ਤੁਸੀਂ ਦੇਖ ਰਹੇ ਹੋ ਦਾਊਂ ਪਿੰਡ ਦੇ ਹਾਲਾਤਾਂ ਨੂੰ ਕਿ ਕਿਸ ਤਰ੍ਹਾਂ ਇੱਥੋਂ ਦੇ ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਕਰਵਾਇਆ ਗਿਆ ਚੰਦੂ ਮਾਜਰਾ ਜੀ ਵੱਲੋਂ, ਕਿਉਂਕਿ ਉਹਨਾਂ ਵੱਲੋਂ ਇਹ ਪਿੰਡ ਗੋਦ ਲਿਆ ਗਿਆ। ਆਓ ਪਿੰਡ ਦੇ ਹੋਰ ਨਿਵਾਸੀਆਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਇਸ ਪਿੰਡ ਦੇ ਵਿੱਚ ਹੋਰ ਕਿੰਨਾ ਕੁ ਵਿਕਾਸ ਹੋਇਆ। ਕੀ ਨਾਂ ਹੈ ਤੁਹਾਡਾ? ਦੀਪਕ ਨਾਂ ਹੈ ਜੀ। ਅੱਛਾ ਦੀਪਕ ਜੀ, ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਪਿੰਡ 'ਚ ਰਹਿੰਦੇ ਨੂੰ? 5-6 ਸਾਲ ਹੋ ਗਏ ਜੀ। ਓਕੇ, 4 ਸਾਲ ਹੋ ਗਏ ਆ MP ਸਾਹਿਬ ਨੂੰ ਇਸ ਪਿੰਡ ਨੂੰ ਗੋਦ ਲਏ ਹੋਏ ਨੂੰ, ਅਤੇ ਕਿੰਨਾ ਕੁ ਵਿਕਾਸ ਕਰਾਇਆ ਉਹਨਾਂ ਨੇ ਪਿੰਡ ਨੂੰ ਗੋਦ ਲੈਣ ਤੋਂ ਬਾਅਦ? ਵਿਕਾਸ ਉਰੇ ਤਾਂ ਕੁਛ ਨਹੀਂ ਨਜ਼ਰ ਆ ਜੀ, ਕੋਈ ਵਿਕਾਸ ਨਹੀਂ ਹੋਇਆ, ਸੜਕਾਂ ਵੀ ਇਸੀ ਤਰ੍ਹਾਂ ਪਈ ਜੀ, ਦਰਿਆ ਕਲੋਨੀ ਹੈ ਇਸਮੇ ਪਾਣੀ ਵਗੈਰਾ ਕੁਛ ਨਹੀਂ ਹੈ ਜੀ, ਠੀਕ ਹੈ ਜੀ। ਅਤੇ ਬਾਕੀ ਇੱਧਰ ਪੂਰੀ ਫੀਣੀ ਹੈ, ਇੱਧਰ ਬੱਚੇ ਦੇਖ ਲਓ, ਬੱਚੇ ਇੰਨਾ ਕਿੱਚੜ ਹੈ, ਕਿੱਚੜ ਮੈਨੂੰ ਬੱਚਿਆਂ ਨੇ ਆਉਣਾ ਜਾਣਾ ਉੱਥੇ ਜੁੱਤੀ ਬਾਹਰ ਕੱਢ ਕੇ, ਤਾਂ ਉਹਨਾਂ ਨੇ ਅੰਦਰ ਜਾਣਾ ਸਕੂਲ ਮੈਂ ਜੀ, ਠੀਕ ਹੈ ਜੀ। ਗੱਲ ਹੋ ਰਹੀ ਸੀ 50 ਲੱਖ ਰੁਪਏ ਦੀ ਤਕਰੀਬਨ ਗ੍ਰਾਂਟ ਆਈ ਸੀ, ਉਦੋਂ ਬਾਅਦ ਕਈ 2-3 ਵਾਰੀ ਗ੍ਰਾਂਟ ਸ਼ਾਇਦ ਹੋਰ ਵੀ ਆਈ ਆ ਪਿੰਡ ਨੂੰ, ਸੋ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਉਹ ਗ੍ਰਾਂਟ ਆਈ ਜਿਹੜੇ ਪੈਸੇ ਆ ਉਹ ਸਹੀ ਥਾਂ 'ਤੇ ਲੱਗੇ ਨੇ? ਬਾਜੀ ਇਸ ਬਾਰੇ ਤਾਂ ਉਹਨਾਂ ਨੂੰ ਪਤਾ ਹੋਣਾ ਜੀ, ਲੱਗੇ ਆ ਲਾਏ ਉਹਨਾਂ ਨੇ ਜਾਂ ਨਹੀਂ ਲਾਏ, ਪਰ ਵਿਕਾਸ ਦਾ ਕੋਈ ਮਸਲਾ ਨਹੀਂ ਹੈ ਜੀ, ਉਰੇ ਕੋਈ ਵਿਕਾਸ ਹੋਇਆ ਉਹਦਾ ਕੋਈ ਨਹੀਂ ਜੀ। ਅੱਛਾ, ਟੋਭੇ ਦੇ ਹਾਲਾਤ ਅਸੀਂ ਵੇਖੇ ਨੇ ਬਹੁਤ ਮਾੜਾ ਟੋਭੇ ਦਾ, ਠੀਕ ਹੈ, ਕਦੇ ਸਫਾਈ ਹੁੰਦੀ ਵੇਖੀ ਟੋਭੇ ਤੁਸੀਂ? ਨਹੀਂ ਜੀ, ਕਦੀ ਸਫਾਈ ਨਹੀਂ ਹੁੰਦੀ ਦੇਖੀ ਜੀ। ਮੀਂਹ ਦੇ ਹਾਲਾਤਾਂ ਵਿੱਚ ਟੋਭੇ ਦੇ ਹਾਲਤ ਹੋਰ ਵਿਗੜਦੀ ਹੋਊਗੀ? ਬਹੁਤ ਜ਼ਿਆਦਾ ਜੀ, ਪਿੱਛੇ ਮੜੀਆ ਦੇ ਹਾਲ ਜਾ ਕੇ ਦੇਖ ਲਓ, ਕਿੱਚੜ ਉੱਧਰ ਨੂੰ ਬੰਦਾ ਲੰਘ ਨਹੀਂ ਸਕਦਾ, ਹੁਣ ਤਾਂ 3-4 ਦਿਨ ਹੋ ਗਏ ਮੀਂਹ ਬੰਦ ਹੋਇਆ ਹੋਇਆ ਹੈ, ਜਦ ਬਾਰਿਸ਼ ਸੀ ਤਾਂ ਉੱਧਰ ਬੰਦਾ ਆ ਨਹੀਂ ਸਕਦਾ, ਜਾ ਨਹੀਂ ਸਕਦਾ, ਬਹੁਤ ਜ਼ਿਆਦਾ ਮਾੜੇ ਹਾਲਾਤ ਹੈ ਜੀ। ਕੀ ਨਾਂ ਹੈ ਤੁਹਾਡਾ? ਮੇਰੀ ਜੀ ਕਪੂਰ ਸਿੰਘ ਆ ਮੇਰਾ ਨਾਮ। ਕਪੂਰ ਸਿੰਘ ਜੀ, ਤੁਹਾਨੂੰ ਕਿੰਨਾ ਚਿਰ ਹੋ ਗਿਆ ਪਿੰਡ 'ਚ
ਠੀਕ ਹੈ, ਟੋਬੇ ਦਾ ਹਾਲ ਦੇਖ ਲਓ, ਆ ਕੇ ਮੜੀਆ ਦਾ ਹਾਲ ਦੇਖ ਲਓ, ਜੇ ਕੱਲ੍ਹ ਨੂੰ ਬੰਦਾ ਮਰ ਗਿਆ ਕਿੱਥੇ ਫੁੱਕਣਾ ਜੀ? ਇਹ ਨਾ ਇੱਥੇ ਪਾਣੀ ਆ ਰਿਹਾ, ਪਾਣੀ ਇਹ ਕਲੋਨੀ ਨਹੀਂ ਮਿਲਿਆ ਸਾਹਮਣੇ ਜਿਹੜੀ ਕਲੋਨੀ 'ਚ ਖੜ੍ਹੇ ਆ, ਨਾ ਪਾਣੀ ਮਿਲਿਆ, ਨਾ ਕੋਈ ਰੋਡ ਬਣੇ, ਨਾ ਬਣਾਏ ਕਿਸੇ ਨੇ ਇੱਥੇ ਹੀ ਰੋਡ। ਸੜਕਾਂ ਦਾ ਬੜਾ ਬੁਰਾ ਹਾਲ ਆ ਕਹਿੰਦੇ ਸੀ। ਬੁਰਾ ਹਾਲ ਆ ਜੀ, ਸੜਕਾਂ ਦਾ ਟੋਟਲੀ ਸੜਕਾਂ ਖਤਮ ਹੋਈ ਦੀਆਂ। ਉਹਨਾਂ ਚੰਦੂ ਮੱਝ ਨੇ ਗੋਦ ਲਿਆ ਦਾ ਪਿੰਡ, ਚੰਦੂ ਮੱਝ ਨੂੰ ਐਂ ਬੁਲਾ ਕੇ ਪੁੱਛੋ ਵੀ ਗੋਦ ਲਿਆ ਦਾ ਪਿੰਡ ਸੁਧਾਰ ਕਿਉਂ ਨਹੀਂ ਕਰਿਆ? ਉਹਨਾਂ ਨੇ ਆਦਰਸ਼ ਪਿੰਡ ਬਣਾਉਣ ਦੀ ਗੱਲ ਕਹੀ ਸੀ, ਇਸ ਪਿੰਡ ਨੂੰ ਮਾਡਲ ਪਿੰਡ ਬਣਾਉਣ ਦੀ ਗੱਲ ਕਹੀ ਜਦੋਂ ਗੋਦ ਲਿਆ ਸੀਗਾ। ਕੋਈ ਮਾਡਲ ਨਹੀਂ ਬਣਾਇਆ, ਕੋਈ ਕੁਛ ਨਹੀਂ, ਇਹਦਾ ਜਿਵੇਂ ਪਿੰਡ ਡੁੱਬ ਤਿਆ ਸਾਹਮਣੇ ਜੀ, ਸਾਹਮਣੇ ਡੁੱਬਿਆ ਜੀ ਪਿੰਡ। ਐਂ ਸਹੀ, ਜੇ ਚੰਦੂ ਮੱਝ ਗੋਦ ਲਿਆ ਪਿੰਡ ਉਹਦਾ ਕੰਮ ਤਾਂ ਕਰਨਾ ਅਧਿਕਾਰ ਉਹਨਾਂ ਕਰਿਆ ਨਹੀਂ। ਹੁਣ ਦੱਸੋ ਜੇ ਅੜਚਣ ਆ ਰਿਹਾ ਚੰਦੂ ਮੱਝ ਦੀ ਆ, ਨਾ ਸਾਡੇ ਸਾਨੂੰ ਕੋਈ ਲੋੜ ਆ ਕਿਸੇ ਚੀਜ਼ ਦੀ, ਨਾ ਅਸੀਂ ਪੈਸੇ ਲਵਾਂਗੇ ਤੇ ਚੰਦੂ ਮੱਝ, ਨਾ ਕੁਛ ਮੰਗਦੇ, ਪਿੰਡ ਦਾ ਭਲਾ ਕਰਨਾ ਚਾਹੀਦਾ ਜੀ ਉਹਨੂੰ। ਨਾ ਪਾਣੀ ਮਿਲਿਆ ਟੈਂਕੀ 'ਚ, ਸੋ ਸੋ ਤੁਸੀਂ ਦੇਖ ਰਹੇ ਹੋ ਵੀ ਲੋਕ ਸਿੱਧੇ ਤੌਰ 'ਤੇ ਚੰਦੂ ਮਾਜਰਾ ਨੂੰ ਲਲਕਾਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇ ਪਿੰਡ ਨੂੰ ਗੋਦ ਲਿਆ ਸੀ ਤਾਂ ਉਹਨਾਂ ਨੂੰ ਵਿਕਾਸ ਕਰਨਾ ਬਣਦਾ ਸੀ। ਲੋਕ ਸਵਾਲ ਪੁੱਛ ਰਹੇ ਨੇ ਜੇ ਵਿਕਾਸ ਹੀ ਨਹੀਂ ਕਰਾਉਣਾ ਸੀ ਤਾਂ ਫਿਰ ਪਿੰਡ ਗੋਦ ਕਿਉਂ ਲਿਆ? ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ, ਪਰ ਸਾਢੇ ਪੰਜ ਬੈਂਡ ਹੈ। ਸਾਢੇ ਪੰਜ ਬੈਂਡ ਥੋੜ੍ਹੇ ਹੁੰਦੇ, ਚੱਲ ਚੱਲ ਸਾਢੇ ਪੰਜ ਬੈਂਡ ਨਾਲ ਛੱਡੀ, ਚੱਲ ਚਲੋ ਆਸਟ੍ਰੇਲੀਆ। ਜਾਣਾ ਤਾਂ ਮੈਲਬੋਰਨ ਹੈ ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ, 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ, ਪਰ 52% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪੈਣਾ? ਉਹ ਕਾਲੇ ਤੋਂ ਪਹਿਲਾਂ ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, SCO 73-74-75, ਸੈਕਟਰ 17D, ਚੰਡੀਗੜ੍ਹ। ਕੰਟੈਕਟ 0181-5044-999।